ਪਰ ਹੂਮ ਗਾਇਕ ਸੁਰਿੰਦਰ ਸ਼ਿੰਦਾ ਦੀ ਅੰਤਿਮ ਅਰਦਾਸ ਦੇ ਵਿੱਚ ਮਲਕੀਤ ਸਿੰਘ ਪਹੁੰਚੇ ਨੇ। ਗੱਲਬਾਤ ਕਰੋ ਮਲਕੀਤ ਸਿੰਘ ਜੀ, ਅੱਜ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਦੇ ਲਈ ਪਹੁੰਚੇ ਹੋ, ਪਰਿਵਾਰ ਦੇ ਨਾਲ ਦੁੱਖ ਸਾਂਝਾ ਵੀ ਕੀਤਾ। ਮੈਂ ਦੇਖੋ ਜੀ ਸ਼ਿੰਦਾ ਪਰਿਵਾਰ ਨਾਲ ਸਿੰਪਥੀ ਫੀਲ ਕਰਨਾ ਆਇਆ ਸੀ, ਉਹਨਾਂ ਨਾਲ ਅਫਸੋਸ ਕਰਨਾ ਆਇਆ ਸੀ, ਕਿਉਂਕਿ ਮੈਂ ਨਿਊਯਾਰਕ ਸੀ ਜਦੋਂ ਮੈਨੂੰ ਇਹ ਖਬਰ ਮਿਲੀ। ਆਈ ਥਿੰਕ ਤੁਸੀਂ ਫੇਸਬੁੱਕਾਂ 'ਤੇ ਜਾਂ ਮੀਡੀਆ ਦੇ ਵਿੱਚ ਦੇਖਿਆ ਵੀ ਹੋਊਗਾ, ਮੈਂ ਉਦੋਂ ਜਹਾਜ਼ 'ਚ ਬੈਠਾ ਸੀਗਾ ਜਦੋਂ ਕਿਸੇ ਦਾ ਫੋਨ ਆਇਆ। ਤਾਂ ਮੈਂ ਅਸੀਂ ਸੋਚਦੇ ਸੀਗੇ ਕਿ ਯਾਰ ਅੱਗੇ ਵੀ ਪਹਿਲਾਂ ਵੀ ਇੱਕ ਅਫਵਾਹ ਉੜੀ ਸੀਗੀ, ਸ਼ਾਇਦ ਹੁਣ ਵੀ ਇਹ ਅਫਵਾਹ ਹੀ ਹੋਵੇ ਤਾਂ ਜ਼ਿਆਦਾ ਬੈਟ ਹੈ ਨਾ। ਪਰ ਜਦੋਂ ਵਾਰ ਵਾਰ ਫੋਨ ਆਉਣੇ ਸ਼ੁਰੂ ਹੋਏ, ਉਸ ਤੋਂ ਬਾਅਦ ਫਿਰ ਪਤਾ ਲੱਗਿਆ ਕਿ ਸੱਚੀ ਮਤਲਬ ਉਹਨਾਂ ਦੀ ਡੈਥ ਹੋ ਗਈ। ਉਹਨਾਂ ਦਾ ਇਸ ਤੋਂ ਪਹਿਲਾਂ ਮੈਨੂੰ ਫੋਨ ਆਇਆ ਸੀਗਾ ਕਿ ਮੇਰਾ ਸ਼ੋਅ ਹੈ ਇੱਥੇ ਇੰਗਲੈਂਡ ਦੇ ਵਿੱਚ ਐਂਡ ਮੇਲੇ 'ਤੇ ਯਾਰ ਕੀ ਮਿਲਣਾ, ਤੂੰ ਹਰ ਵਾਰੀ ਤੁਰਿਆ ਰਹਿੰਦਾ ਕਿਉਂਕਿ ਅਸੀਂ ਟੂਰ 'ਤੇ ਤੁਰੇ ਰਹਿੰਦੇ ਕਦੇ ਕਿਤੇ ਕਦੇ ਕਿਤੇ, ਸੋ ਬਹੁਤ ਟੂਰਾਂ 'ਤੇ ਜਾ ਰਿਹਾ, ਐਰ ਕੀ ਥੋੜ੍ਹਾ ਟਾਈਮ ਕੱਢੀ ਆਪਾਂ ਸਾਰੇ ਜਾਣੇ ਇਕੱਠੇ ਬੈਠਾਂਗੇ। ਸੋ ਅਸੀਂ ਉਹਨਾਂ ਦੀ ਵੇਟ ਕਰ ਰਹੇ ਸੀਗੇ, ਲੇਕਿਨ ਪ੍ਰਮਾਤਮਾ ਨੂੰ ਜੋ ਕਹਿੰਦੇ ਹੁੰਦੇ ਭਾਣਾ ਨੇ ਜੋ ਉਹਦੇ ਉਹਦੇ ਹੈਗਾ ਜੋ ਜਾਣਾ ਸਭ ਨੇ ਹੈ, ਪਰ ਲੱਗਦਾ ਨਹੀਂ ਕੁਛ ਸਮਾਂ ਪਹਿਲਾਂ ਚੱਲ ਗਿਆ ਦੁਨੀਆ ਤੋਂ। ਹਾਂ ਬਿਲਕੁਲ ਜੀ, ਹਲੇ ਤਾਂ ਉਹ ਪਤਾ ਨਹੀਂ, ਮੈਂ ਸਮਝਦਾ ਪਤਾ ਨਹੀਂ ਕਿੰਨੀਆਂ ਕੰਪੋਜੀਸ਼ਨ, ਕਿੰਨੇ ਆਈਡੀਏ, ਕਿੰਨੀਆਂ ਚੀਜ਼ਾਂ ਉਹ ਆਪਣੇ ਨਾਲ ਹੀ ਲੈ ਗਿਆ। ਹਲੇ ਉਮਰ ਕੀ ਸੀਗੇ, ਹਲੇ ਬੜੇ ਸੋਹਣੇ ਸੀ। ਆ ਮੇਰੇ ਡੈਡੀ ਦਾ ਭੋਗ ਸੀਗਾ, ਉਸਦੇ ਆਏ ਅਸੀਂ ਘੰਟਾ ਬਾਅਦ 'ਚ ਵੀ ਬੈਠੇ ਰਹੇ, ਬਹੁਤ ਵਧੀਆ ਸਾਰੇ ਤਰੀਕੇ ਨਾਲ ਉਹਨਾਂ ਤੋਂ ਬਹੁਤ, ਮੈਂ ਸਮਝਦਾ ਜਦੋਂ ਉਹਨਾਂ ਨੂੰ ਮਿਲਦੇ ਸੀ ਨਾ ਕੁਛ ਸਿੱਖਣ ਨੂੰ ਮਿਲਦਾ। ਉਹ ਇੱਕ ਚੱਲਦੀ ਫਿਰਦੀ ਮਿਊਜ਼ਿਕ ਦੀ ਯੂਨੀਵਰਸਿਟੀ ਸੀ। ਮਿੱਠੀ ਯਾਦ ਸਾਂਝੀ ਕਰਨਾ ਚਾਹੁੰਦੇ ਹੋ? ਬਸ ਮੈਨੂੰ, ਮੈਂ ਜਾਂਦਾ ਹੀ ਹਾਂ ਜੀ, ਸਾਰੀਆਂ ਜਿੰਨੀਆਂ ਵੀ ਤੁਸੀਂ ਕਹਿੰਦੇ ਵੀ ਅਸੀਂ ਤਾਂ ਮਿਲਦੇ ਹੀ ਵਾਰ ਵਾਰ ਸੀ। ਜਦੋਂ ਇੰਗਲੈਂਡ 'ਚ ਆਉਂਦੇ ਸੀ ਸਾਡੇ ਘਰ ਜ਼ਰੂਰ ਮਹਿਫਲ ਹੁੰਦੀ ਸੀ, ਅਸੀਂ ਜ਼ਰੂਰ ਸਾਰੇ ਜਾਣੇ ਇਕੱਠੇ ਹੁੰਦੇ ਸੀਗੇ। ਹੁਣ ਪਿਛਲੇ ਸਾਲ ਜਦੋਂ ਆਏ ਸੀ ਮੈਂ ਸਟੇਜ 'ਤੇ ਉਹਨਾਂ ਦਾ ਸਨਮਾਨ ਕੀਤਾ, ਕਿਉਂਕਿ ਮੈਂ ਕਿਹਾ ਯਾਰ ਬਾਹਰਲੀਆਂ ਕੰਟਰੀਆਂ 'ਚ ਵੀ ਇੱਦਾਂ ਸਨਮਾਨ ਕਰੀਏ, ਇੰਡੀਆ 'ਚ ਕਰਦੇ ਹੁੰਦੇ ਆ, ਲੋਹੀ ਦਈਏ ਅਤੇ ਨਾਲ ਕੁਛ ਜਿੱਦਾਂ ਕੋਈ ਆਪਾਂ ਪੇਂਟ ਕਰੀਏ। ਉਹਨਾਂ ਦੇ ਚਿਹਰੇ 'ਤੇ ਜਿਹੜੀ ਸਮਾਈਲ ਸੀ ਜਾਂ ਜਿਹੜੀ ਖੁਸ਼ੀ ਸੀ, ਉਹ ਮੈਂ ਅੱਜ ਵੀ ਬਿਆਨ ਨਹੀਂ ਕਰ ਸਕਦਾ। ਠੀਕ ਹੈ, ਬਾਹਰਲੀਆਂ ਕੰਟਰੀ ਦੇ ਵਿੱਚ ਵੀ ਮਾਹੌਲ ਵਿੱਚ ਬਣਾਈਏ ਜੋ ਪੰਜਾਬ 'ਚ ਹੈ, ਪਰ ਇੱਕ ਚੀਜ਼ ਹੈਗੀ ਸੀਗੀ ਕਿ ਪੰਜਾਬੀਅਤ ਨੂੰ, ਪੰਜਾਬੀ ਲੋਕਾਂ ਨੂੰ ਪੰਜਾਬੀ ਵਿਰਸੇ ਦੇ ਨਾਲ ਜੋੜਨ ਦੇ ਵਿੱਚ ਅਹਿਮ ਯੋਗਦਾਨ ਸੀਗਾ ਸੁਰਿੰਦਰ ਸ਼ਿੰਦੇ ਦਾ। ਹਾਂਜੀ, ਮੈਂ ਮੇਰੀ ਲਾਈਫ 'ਚ ਤਿੰਨ ਬੰਦੇ ਨੇ, ਨੁਸਰਤ ਫਤਿਹ ਅਲੀ ਖਾਨ, ਕੁਲਦੀਪ ਮਾਣਕ ਸਾਹਿਬ ਅਤੇ ਸੁਰਿੰਦਰ ਸ਼ਿੰਦਾ ਜੀ, ਜਿਹਨਾਂ ਨਾਲ ਵੇਖ ਵੇਖ ਮੈਂ ਗਾਉਣਾ ਸ਼ੁਰੂ ਕੀਤਾ, ਜਿਹਨਾਂ ਨੂੰ ਵੇਖ ਕੇ ਜਿਹਨਾਂ ਨੂੰ ਸੁਣ ਕੇ ਅਸੀਂ ਅੱਜ ਇਸ ਸਟੇਜ 'ਤੇ ਖੜ੍ਹੇ ਹਾਂ। ਔਰ ਉਹ ਸਾਡੇ ਲਈ ਇੱਕ, ਮੈਂ ਕਹਿੰਦਾ ਬੱਬਰ ਸ਼ੇਰ ਸੀ ਸਾਡੇ ਪਿੰਡ। ਬਿਲਕੁਲ, ਇਹ ਸਨ ਮਲਕੀਤ ਸਿੰਘ ਜਿਨ੍ਹਾਂ ਦੇ ਵੱਲੋਂ ਆਪਣੀਆਂ ਪੁਰਾਣੀਆਂ ਯਾਦਾਂ ਨੇ ਜਿਹੜੀਆਂ ਕਿ ਉਹ ਸਾਂਝੀਆਂ ਕੀਤੀਆਂ ਗਈਆਂ ਨੇ ਪਰਿਵਾਰ ਦੇ ਨਾਲ, ਅਤੇ ਦੁੱਖ ਸਾਂਝਾ ਵੀ ਕਰਨ ਦੇ ਲਈ ਅੱਜ ਅੰਤਿਮ ਅਰਦਾਸ ਵਿੱਚ ਪਹੁੰਚੇ ਨੇ। ਕੈਮਰਾ ਪਰਸਨ ਸੰਨੀ ਦੇ ਨਾਲ ਹਿੰਮਤ ਸਿੰਘ ਦਿਕਪਾਲ, ਦੈਨਿਕ ਸਵੇਰਾ, ਲੁਧਿਆਣਾ। ਮਰਹੂਮ ਗਾਇਕ ਸੁਰਿੰਦਰ ਸ਼ਿੰਦਾ ਦੀ ਅੰਤਿਮ ਅਰਦਾਸ ਦੇ ਵਿੱਚ ਮਲਕੀਤ ਸਿੰਘ ਪਹੁੰਚੇ ਨੇ। ਗੱਲਬਾਤ ਕਰੋ ਮਲਕੀਤ ਸਿੰਘ ਜੀ, ਅੱਜ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਦੇ ਲਈ ਪਹੁੰਚੇ ਹੋ, ਪਰਿਵਾਰ ਦੇ ਨਾਲ ਦੁੱਖ ਸਾਂਝਾ ਵੀ ਕੀਤਾ। ਮੈਂ ਦੇਖੋ ਜੀ ਸ਼ਿੰਦਾ ਪਰਿਵਾਰ ਨਾਲ ਸਿੰਪਥੀ ਫੀਲ ਕਰਨਾ ਆਇਆ ਸੀ, ਉਹਨਾਂ ਨਾਲ ਅਫਸੋਸ ਕਰਨਾ ਆਇਆ ਸੀ, ਕਿਉਂਕਿ ਮੈਂ ਨਿਊਯਾਰਕ ਸੀ ਜਦੋਂ ਮੈਨੂੰ ਇਹ ਖਬਰ ਮਿਲੀ। ਆਈ ਥਿੰਕ ਤੁਸੀਂ ਫੇਸਬੁੱਕਾਂ 'ਤੇ ਜਾਂ ਮੀਡੀਆ ਦੇ ਵਿੱਚ ਦੇਖਿਆ ਵੀ ਹੋਊਗਾ, ਮੈਂ ਉਦੋਂ ਜਹਾਜ਼ 'ਚ ਬੈਠਾ ਸੀਗਾ ਜਦੋਂ ਕਿਸੇ ਦਾ ਫੋਨ ਆਇਆ। ਤਾਂ ਮੈਂ, ਅਸੀਂ ਸੋਚਦੇ ਸੀਗੇ ਕਿ ਯਾਰ ਅੱਗੇ ਵੀ ਪਹਿਲਾਂ ਵੀ ਇੱਕ ਅਫਵਾਹ ਉੜੀ ਸੀਗੀ, ਸ਼ਾਇਦ ਹੁਣ ਵੀ ਇਹ ਅਫਵਾਹ ਹੀ ਹੋਵੇ ਤਾਂ ਜ਼ਿਆਦਾ ਬੈਟ ਹੈ ਨਾ। ਪਰ ਜਦੋਂ ਵਾਰ ਵਾਰ ਫੋਨ ਆਉਣੇ ਸ਼ੁਰੂ ਹੋਏ, ਉਸ ਤੋਂ ਬਾਅਦ ਫਿਰ ਪਤਾ ਲੱਗਿਆ ਕਿ ਸੱਚੀ ਮਤਲਬ ਉਹਨਾਂ ਦੀ ਡੈਥ ਹੋ ਗਈ। ਉਹਨਾਂ ਦਾ ਇਸ ਤੋਂ ਪਹਿਲਾਂ ਮੈਨੂੰ ਫੋਨ ਆਇਆ ਸੀਗਾ ਕਿ ਮੇਰਾ ਸ਼ੋਅ ਹੈ ਇੱਥੇ ਇੰਗਲੈਂਡ ਦੇ ਵਿੱਚ ਐਂਡ ਮੇਲੇ 'ਤੇ ਯਾਰ ਕੀ ਮਿਲਣਾ, ਤੂੰ ਹਰ ਵਾਰੀ ਤੁਰਿਆ ਰਹਿੰਦਾ ਕਿਉਂਕਿ ਅਸੀਂ ਟੂਰ 'ਤੇ ਤੁਰੇ ਰਹਿੰਦੇ ਕਦੇ ਕਿਤੇ ਕਦੇ ਕਿਤੇ, ਸੋ ਬਹੁਤ ਟੂਰਾਂ 'ਤੇ ਜਾ ਰਿਹਾ, ਐਰ ਕੀ ਥੋੜ੍ਹਾ ਟਾਈਮ ਕੱਢੀ ਆਪਾਂ ਸਾਰੇ ਜਾਣੇ ਇਕੱਠੇ ਬੈਠਾਂਗੇ। ਸੋ ਅਸੀਂ ਉਹਨਾਂ ਦੀ ਵੇਟ ਕਰ ਰਹੇ ਸੀਗੇ, ਲੇਕਿਨ ਪ੍ਰਮਾਤਮਾ ਨੂੰ ਜੋ ਕਹਿੰਦੇ ਹੁੰਦੇ ਭਾਣਾ ਨੇ ਜੋ ਉਹਦੇ ਉਹਦੇ ਹੈਗਾ ਜੋ ਜਾਣਾ ਸਭ ਨੇ ਹੈ, ਪਰ ਲੱਗਦਾ ਨਹੀਂ ਕੁਛ ਸਮਾਂ ਪਹਿਲਾਂ ਚੱਲ ਗਿਆ ਦੁਨੀਆ ਤੋਂ। ਹਾਂ ਬਿਲਕੁਲ ਜੀ, ਹਲੇ ਤਾਂ ਉਹ ਪਤਾ ਨਹੀਂ, ਮੈਂ ਸਮਝਦਾ ਪਤਾ ਨਹੀਂ ਕਿੰਨੀਆਂ ਕੰਪੋਜੀਸ਼ਨ, ਕਿੰਨੇ ਆਈਡੀਏ, ਕਿੰਨੀਆਂ ਚੀਜ਼ਾਂ ਉਹ ਆਪਣੇ ਨਾਲ ਹੀ ਲੈ ਗਿਆ। ਹਲੇ ਉਮਰ ਕੀ ਸੀਗੇ, ਹਲੇ ਬੜੇ ਸੋਹਣੇ ਸੀ। ਆ ਮੇਰੇ ਡੈਡੀ ਦਾ ਭੋਗ ਸੀਗਾ, ਉਸਦੇ ਆਏ ਅਸੀਂ ਘੰਟਾ ਬਾਅਦ 'ਚ ਵੀ ਬੈਠੇ ਰਹੇ, ਬਹੁਤ ਵਧੀਆ ਸਾਰੇ ਤਰੀਕੇ ਨਾਲ ਉਹਨਾਂ ਤੋਂ ਬਹੁਤ, ਮੈਂ ਸਮਝਦਾ ਜਦੋਂ ਉਹਨਾਂ ਨੂੰ ਮਿਲਦੇ ਸੀ ਨਾ ਕੁਛ ਸਿੱਖਣ ਨੂੰ ਮਿਲਦਾ। ਉਹ ਇੱਕ ਚੱਲਦੀ ਫਿਰਦੀ ਮਿਊਜ਼ਿਕ ਦੀ ਯੂਨੀਵਰਸਿਟੀ ਸੀ। ਮਿੱਠੀ ਯਾਦ ਸਾਂਝੀ ਕਰਨਾ ਚਾਹੁੰਦੇ ਹੋ? ਬਸ ਮੈਨੂੰ, ਮੈਂ ਜਾਂਦਾ ਹੀ ਹਾਂ ਜੀ, ਸਾਰੀਆਂ ਜਿੰਨੀਆਂ ਵੀ ਤੁਸੀਂ ਕਹਿੰਦੇ ਵੀ ਅਸੀਂ ਤਾਂ ਮਿਲਦੇ ਹੀ ਵਾਰ ਵਾਰ ਸੀ। ਜਦੋਂ ਇੰਗਲੈਂਡ 'ਚ ਆਉਂਦੇ ਸੀ ਸਾਡੇ ਘਰ ਜ਼ਰੂਰ ਮਹਿਫਲ ਹੁੰਦੀ ਸੀ, ਅਸੀਂ ਜ਼ਰੂਰ ਸਾਰੇ ਜਾਣੇ ਇਕੱਠੇ ਹੁੰਦੇ ਸੀਗੇ। ਹੁਣ ਪਿਛਲੇ ਸਾਲ ਜਦੋਂ ਆਏ ਸੀ ਮੈਂ ਸਟੇਜ 'ਤੇ ਉਹਨਾਂ ਦਾ ਸਨਮਾਨ ਕੀਤਾ, ਕਿਉਂਕਿ ਮੈਂ ਕਿਹਾ ਯਾਰ ਬਾਹਰਲੀਆਂ ਕੰਟਰੀਆਂ 'ਚ ਵੀ ਇੱਦਾਂ ਸਨਮਾਨ ਕਰੀਏ, ਇੰਡੀਆ 'ਚ ਕਰਦੇ ਹੁੰਦੇ ਆ, ਲੋਹੀ ਦਈਏ ਅਤੇ ਨਾਲ ਕੁਛ ਜਿੱਦਾਂ ਕੋਈ ਆਪਾਂ ਪੇਂਟ ਕਰੀਏ। ਉਹਨਾਂ ਦੇ ਚਿਹਰੇ 'ਤੇ ਜਿਹੜੀ ਸਮਾਈਲ ਸੀ ਜਾਂ ਜਿਹੜੀ ਖੁਸ਼ੀ ਸੀ, ਉਹ ਮੈਂ ਅੱਜ ਵੀ ਬਿਆਨ ਨਹੀਂ ਕਰ ਸਕਦਾ। ਠੀਕ ਹੈ, ਬਾਹਰਲੀਆਂ ਕੰਟਰੀ ਦੇ ਵਿੱਚ ਵੀ ਮਾਹੌਲ ਵਿੱਚ ਬਣਾਈਏ ਜੋ ਪੰਜਾਬ 'ਚ ਹੈ, ਪਰ ਇੱਕ ਚੀਜ਼ ਹੈਗੀ ਸੀਗੀ ਕਿ ਪੰਜਾਬੀਅਤ ਨੂੰ, ਪੰਜਾਬੀ ਲੋਕਾਂ ਨੂੰ ਪੰਜਾਬੀ ਵਿਰਸੇ ਦੇ ਨਾਲ ਜੋੜਨ ਦੇ ਵਿੱਚ ਅਹਿਮ ਯੋਗਦਾਨ ਸੀਗਾ ਸੁਰਿੰਦਰ ਸ਼ਿੰਦੇ ਦਾ।
हाँ जी, मैं मेरी लाइफ तीन बंदे ने, नुसरत फतेह अली खान, कुलदीप माणक साहब ते सुरेंद्र शिंदा जी, जिन्हां नूं वेख वेख मैं गाउणा शुरू किया, जिन्हां नूं वेख के जिन्हां नूं सुन के असीं अज इस स्टेज ते खड़े हाँ, और वो साढ़े लिए एक मैं कहने बब्बर शेर सी साढ़े पिंड। बिल्कुल, ये सन मलकीत सिंह जिन्हां दे वल्लों अपनियां पुरानियां यादां ने जिहड़ियां कि सांझियां कीतियां गईयां ने परिवार दे नाल, ते दुख सांझा भी करने के लिए अज अंतिम अरदास पहुंचे ने। कैमरा परसन सनी के साथ हिम्मत सिंह, दिकपाल, दैनिक सवेरा, लुधियाना।